ਸਸ਼ੀਗਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਇੱਕ ਵੱਡੀ ਅਫਰਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਜੀ ਸਾਜੋ ਅਖ ਵਖ ਜਥੇਵੰਦੀਆਂ ਵੱਲੋਂ ਜਿਹੜੀ ਆ ਮੀਟਿੰਗ ਹੋਣੀ ਸੀ ਸਿੱਖਿਆ ਮੰਤਰੀ ਸਾਹਿਬ ਨਾਲ ਜਿਹੜੀਆਂ ਵਖ ਵਖ ਭਰਤੀਆਂ ਪੂਰੀ ਕਰਵਾਉਣ ਨੂੰ ਲੈ ਕੇ ਸੋ ਇਹਦੇ ਰਿਗਾਰਡਿੰਗ ਇੱਕ ਅਫਰਡ ਜਿਹੜੀ ਆ ਰਹੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਡਿਫਟੀ ਕਮਿਸ਼ਨਰ ਦਫ਼ਤਰ ਸੰਗਰੂਰ ਵੱਲੋਂ ਇਹ ਜਿਹੜਾ ਪੱਤਰ ਕੱਢਿਆ ਗਿਆ ਹੈ ਜੀ ਤੁਰਕ ਵਕ ਵਕ ਯੂਨੀਅਨਾਂ ਨੂੰ 3743 ਬੇਰਜ਼ਗਾਰ ਲੈਕਚਰ ਯੂਨੀਅਨ 646 ਪੀਟੀਆਈ ਯੂਨੀਅਨ ਔਰ 41 ਖੜ ਮਾਸਟਰ ਕਾਟਰ ਸਵਾਇਦਾ ਵਕ ਵਕ ਯੂਨੀਅਨ ਤੁਸੀਂ ਦੇਖ ਸਕਦੇ ਹੋ ਜੀ 3704 ਦੀ ਯੂਨੀਅਨ ਵੀ ਹੈ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਓਵਰਏਜ ਓਵਰਏਜ ਬੇਰਜ਼ਗਾਰ ਦੇ ਆਫਕ ਯੂਨੀਅਨ ਸੋ ਇਸ ਆਖੀ ਜਗ੍ਹਾ 'ਤੇ ਮੀਟਿੰਗ ਜਾਰੀ ਹੋਣੀ ਹੈ ਮੀਟਿੰਗ ਤਾਂ ਹੁਣ ਸ਼ਡਿਊਲ ਨਵਾਂ ਜਾਰੀ ਕੀਤਾ ਗਿਆ ਹੈ ਸੋ ਇਹ 'ਚ ਲਿਖਿਆ ਜਾ ਫਰੋਖਤ ਵਿਸ਼ੇ ਸੰਬੰਧੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀ ਮੰਗਾਂ ਸੰਬੰਧੀ ਮੀਟਿੰਗ 17/8/23 ਨੂੰ ਮਾਨਯੋਗ ਸਿੱਖਿਆ ਮੰਤਰੀ ਜੀ ਪੰਜਾਬ ਜੀ ਨਾਲ ਉਹਨਾਂ ਦੇ ਦਫ਼ਤਰ ਵਿਖੇ 11 ਵਜੇ ਜਿਹੜੀਆਂ ਨਿਸ਼ਚਿਤ ਕੀਤੀਆਂ ਗਈਆਂ ਸਨ ਪਰੰਤੂ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਪੰਜਾਬ ਜੀ ਦੇ ਹਲਕੇ ਅੰਦਰ ਹੜਾਉਣ ਕਾਰਨ ਉਹਨਾਂ ਦੇ ਦਫ਼ਤਰ ਤੋਂ ਪ੍ਰਾਪਤ ਜਵਾਨੀ ਹੁਕਮਾ ਮੁਤਾਬਕ ਇਹ ਮੀਟਿੰਗ ਜਿਹੜੀ ਆ ਮਲਤਵੀ ਕੀਤੀ ਗਈ ਹੈ ਹੁਣ ਇਹ ਜਿਹੜੀ ਮੀਟਿੰਗ ਹੈ ਜੀ 30 8 23 ਨੂੰ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਦੇ ਦਫ਼ਤਰ ਵਿਖੇ ਜੜੀ ਕੀਤੀਆਂ ਜਾਣਗੀਆਂ ਤੇ ਇਹ ਜਿਹੜਾ ਨੋਟਿਸ ਹੈ ਤੁਹਾਡੇ ਨਾਲ ਜਿਹੜਾ ਸਾਂਝਾ ਕਰਨਾ ਸੀਗਾ ਜੀ ਸੇ ਖੱਤਰ ਜਾਰੀ ਕੀਤਾ ਗਿਆ ਹੈ ਜੀ ਤੇ ਹੁਣ ਇਹ ਜਿਹੜੀ ਮੀਟਿੰਗ ਹੋਏਗੀ ਇਹਨਾਂ ਯੂਨੀਅਨਾਂ ਦੀ ਸਿੱਖਿਆ ਮੰਤਰੀ ਸਾਹਿਬ ਨਾਲ ਤੇ 30 ਤਰੀਕ ਨੂੰ ਹੋਏਗੀ 23 8 2023 ਨੂੰ ਤੇ ਇਹ ਸ਼ਡਿਊਲ ਹੈ ਜਿਹੜਾ ਇੱਥੇ ਜਾਰੀ ਕੀਤਾ ਗਿਆ ਹੈ ਸੋ ਫਿਰ ਤੁਹਾਡਾ ਸਾਂਝ ਗੱਲ ਨਹੀਂ ਸੀ ਇਸੇ ਤਰ੍ਹਾਂ ਹੋਰ ਅਫਡੇਟਸ ਲਈ ਜੁੜੇ ਰਹੋ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਲਾਈਵ ਅਫਡੇਟ ਤੁਹਾਨੂੰ ਮਿਲਦੇ ਰਹਣਗੀਆਂ ਸ਼ੁਕਰੀਆ ਜੀ